ਕਰੋ ਨਹੀਂ ਬਦਲਿਆ ਜੀ ਡਾਕਟਰ ਨੇ ਆਪਣੀ ਗਲਤੀ ਨਹੀਂ ਮੰਨ ਲਈ ਕਿਹਾ ਕਿ ਤੁਹਾਨੂੰ ਮੁੰਡਾ ਦਵਾਂਗੇ ਦਵਾਂਗੇ ਹਾਂਜੀ ਇਹ ਦੇ ਕੇ ਇਹ ਦੇ ਕੇ ਉਹ ਤਾਂ ਰੱਖਣ ਦਾ ਕਾਰਨ ਇਹ ਸੀਗਾ ਡਾਕਟਰਾਂ ਨੇ ਕਿਹਾ ਸਾਨੂੰ ਕਹੇ ਜੋ ਅਸੀਂ ਤੁਹਾਨੂੰ ਮੁੰਡਾ ਦਵਾਂਗੇ ਬਦਲ ਕੇ ਮੈਨੂੰ ਕਾਗਜ਼ ਦਿਓ ਮਿਲਨੇ ਕਿ ਨਹੀਂ ਆਓ ਜੀ ਪਲੀਜ਼ ਮਹੀ ਦਿੱਤਾ ਗਲਤੀ ਹੈ ਬਹੁਤ ਵੱਡੀ ਗਲਤੀ ਹੈ ਛੋਟੀ ਗਲਤੀ ਵੀ ਨਹੀਂ ਹੈ ਬਿਲਕੁਲ ਸਹੀ ਹੈ ਬਾਕੀ ਬਹੁਤ ਤਰੀਕੇ ਹੁੰਦੇ ਜਦੋਂ ਅਸੀਂ ਸਾਡੇ ਕੋਲ ਸਾਰੀ ਜਗ੍ਹਾ ਐਂਟਰੀ ਹੁੰਦੀ ਹੈ ਲੜਕਾ ਲੜਕੀ ਅਸੀਂ ਮਰੀਜ਼ ਦਾ ਬਾਅਦ 'ਚ ਵੀ ਰਾਊਂਡ ਕਰਨਾ ਅਸੀਂ ਮਰੀਜ਼ ਨੂੰ ਵੀ ਚੈੱਕ ਕਰਨਾ ਅਸੀਂ ਬੱਚਾ ਵੀ ਚੈੱਕ ਕਰਨਾ ਇੰਨੀ ਜੋ ਪਤਾ ਨਹੀਂ ਲੱਗੇਗਾ ਕਿਸੇ ਦਾ ਬੱਚਾ ਕਿਸੇ ਨੂੰ ਦੇ ਦਾਂਗੇ ਇੰਜ ਨਹੀਂ ਹੁੰਦਾ ਅਸੀਂ ਪੇਰੈਂਟਸ ਨੂੰ ਵੀ ਹੈਂਡਲ ਕਰਦੇ ਬਾਕੀ ਜੇ ਉਹਨੇ ਕੀਤਾ ਇਹ ਪਹਿਲੀ ਪਤਾ ਲੱਗਾ ਤਾਂ ਕਿ ਦਾ ਬੱਚਾ ਚਲ ਗਿਆ ਮੈਨੂੰ ਇੱਥੇ 6 ਸਾਲ ਹੋ ਗਏ ਅੱਜ ਪਹਿਲੀ ਵਾਰੀ ਇਹੋ ਜਿਹਾ ਇਨਸੀਡੈਂਸ ਹੋਇਆ ਐਂਡ ਆਈ ਵਿਲ ਮੇਕ ਸ਼ੋਰ ਕਿ ਦੁਬਾਰਾ ਨਹੀਂ ਹੁੰਦਾ ਅਸੀਂ ਸਾਰਿਆਂ ਦੀ ਮੈਂ ਉੱਥੇ ਵੀ ਸਿਸਟਰਾਂ ਨਾਲ ਅਸੀਂ ਇੱਕ ਨਵਾਂ ਪ੍ਰੋਟੋਕਾਲ ਬਣਾਤਾ ਹੈ ਕਿ ਕਰਨਾ ਹੁੰਦਾ ਕਿ ਮਰੀਜ਼ ਦੇ ਰਿਸ਼ਾਰ ਵੀ ਕਰ ਲੈਂਦੇ ਬੱਚਾ ਦੇ ਦਿਓ ਮੈਂ ਉਹਨਾਂ ਨੂੰ ਕਿਹਾ ਜੀ ਤੁਸੀਂ ਜਦੋਂ ਮਰਜ਼ੀ ਫ੍ਰੀ ਹੋ ਚਾਹੇ ਘੰਟੇ ਬਾਅਦ ਹੋ ਬੱਚਾ ਡਾਕਟਰ ਜਾਂ ਸਟਾਫ ਦੀ ਕੰਸਰਨ ਹੈ ਉਹੀ ਉਹ ਬਣਾਉਣਗੇ ਹੋਰ ਕੋਈ ਬੰਦਾ ਬੱਚਾ ਨਹੀਂ ਬਣਾਏਗਾ ਡਾਕਟਰ ਹੈ ਜੀ ਉੱਥੇ ਮੌਕੇ ਜੀ ਤੁਸੀਂ ਹਾਈਲਾਈਟ ਕਰੋ ਜੀ ਇਹਨਾਂ ਨੂੰ ਆਪਣੇ ਸਟਾਫ ਨੂੰ ਜਿਹੜੇ ਡਾਕਟਰ ਨੇ ਉੱਥੇ ਜੋ ਬੰਦੀ ਕਾਰਵਾਈ ਉੱਤੇ ਆਪਾਂ ਅਸੀਂ ਜੋ ਡਾਕਟਰ ਦੀ ਬੰਦੀ ਕਾਰਵਾਈ ਅਸੀਂ ਡਾਕਟਰ ਤੇ ਕਾਰਵਾਈ ਕਰ ਲਵਾਂਗੇ ਲਿਖ ਕੇ ਦੇ ਦਿਓ ਅਸੀਂ ਜੋ ਕਰਨਾ ਹੈ ਤੁਸੀਂ ਲਿਖ ਕੇ ਦਿਓ ਅਸੀਂ ਆਪਣੀ ਇਨਕੁਆਇਰੀ ਕਰਕੇ ਜੋ ਵੀ ਹੈਗਾ ਕਰਾਂਗੇ ਡੋਨਟ ਤੁਹਾਨੂੰ ਅੱਜ ਹੀ ਡਿਊਟੀ ਦਾ ਸਸਪੈਂਡ ਕਰੋ ਇਦਾਂ ਤੇ ਪਤਾ ਨਹੀਂ ਉਹਨੇ ਕਿੰਨੇ ਕੰਮ ਚੇਂਜ ਕਰ ਲਏ ਮੋਟੀ ਗੱਲ ਹੈ ਦੇਖੋ ਸਰਕਾਰੀ ਮਹਿਕਮੇ ਦੇ ਕੰਮ ਚੱਲਣੇ ਲਿਖਤੀ ਗੱਲ ਕੋਈ ਵਰਬਲੀ ਗੱਲ ਨਹੀਂ ਚੱਲਣੀ ਤੁਸੀਂ ਲਿਖ ਕੇ ਦਿਓ ਸਾਨੂੰ ਆਲਰੇਡੀ ਸਰ ਨੇ ਲਿਖਿਆ ਆਤਾ ਹੈ ਉਹਨਾਂ ਐਪਲੀਕੇਸ਼ਨ ਦੇ ਦੇਣੇ ਕਰ ਲੈਣ ਐਮਐਸ ਨੂੰ ਦਿਓ ਐਮਐਸ ਨੇ ਇਨਕੁਆਇਰੀ ਆਲਰੇਡੀ ਕਰਦੇ ਮੈਂ ਉਹਨਾਂ ਨੂੰ ਫੋਨ ਆਇਆ ਕਿ ਮੈਂ ਮਾਫ ਕਰਤੀ ਹੈ ਬਸ ਤੁਸੀਂ ਐਪਲੀਕੇਸ਼ਨ ਦੇਖੋ ਚਲੋ ਰਿਪੋਰਟ ਕਰ ਦੋ ਪ੍ਰੀਲਿਮਿਨਰੀ ਅਸੀਂ ਸਿਰਫ ਉਹਨੂੰ ਜਿਹੜੀ ਬੀਬੀ ਹੈ ਉਹਨੂੰ ਇਸੇ ਫਿਲਹਾਲ ਇੱਥੇ ਜਿਵੇਂ ਯਾਰ ਆਪਣੇ ਕੋਲ ਲਿਖੀ ਹੋਈ ਕਿੱਥੇ ਆ ਲਿਖੀ ਹੋਈ ਕੰਪਲੇਂਟ ਦਿਓ ਯਾਰ ਕਿੱਥੇ ਆ ਉਹ ਨਾ ਤੁਸੀਂ ਐਮਐਸ ਤੁਸੀਂ ਪਲੀਜ਼ ਦੱਸੋਗੇ ਤੁਹਾਡੀ ਡਿਟੇਲ ਦੱਸੋ ਇੱਕ ਦਿਨ ਦਾ ਡਿਟੇਲ ਦੱਸੋ ਸਾਰੀ ਇਹ ਸਰ ਦੋ ਹੈਗਾ ਤੁਹਾਡੇ ਮਰੀਜ਼ ਦਾ ਨਾਮ ਕੀ ਹੈ ਜੀ ਸਾਡੇ ਮਰੀਜ਼ ਦਾ ਨਾਮ ਹੈਗਾ ਜਿਨ੍ਹਾਂ ਦਾ ਬੇਟਾ ਉਹਨਾਂ ਦੀ ਬਾਪ ਦਾ ਨਾਮ ਹੈਗਾ ਤਰਮਿੰਦਰ ਸਿੰਘ ਦੂਸਰੀ ਮਰੀਜ਼ ਦਾ ਆਪਰੇਸ਼ਨ ਹੋਇਆ ਉਹਨਾਂ ਦੀ ਲੜਕੀ ਹੋਈ ਹੈ ਠੀਕ ਹੈ ਇਸ ਵਿੱਚ ਬੱਚਾ ਰਲਣ ਦੀ ਕੋਈ ਗੱਲ ਨਹੀਂ ਹੈ ਠੀਕ ਹੈ ਮੇਨ ਸਾਡਾ ਹੈਗਾ ਹੈ ਕਿ ਜਿਹਦਾ ਬੱਚਾ ਹੈ ਉਹਦੇ ਕੋਲ ਹੀ ਰਹਿਣਾ ਚਾਹੀਦਾ ਹੈ ਨਾ ਉਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਗਲਤ ਬੱਚਾ ਨਾ ਦੇਈਏ ਹੁਣ ਕਿਉਂਕਿ ਸਟਾਫ ਘੱਟ ਹੁੰਦਾ ਰਾਤ ਨਾਈਟ ਵਿੱਚ ਸਵੇਰੇ ਚੇਂਜਿੰਗ ਟਾਈਮ ਵੀ ਹੁੰਦਾ ਬੀਬੀ ਜਿਹੜੀ ਨੀਚੇ ਵਾਲੀ ਸੀਗੀ ਉਹ ਉੱਪਰ ਆ ਗਈ ਉੱਪਰਲੇ ਸਟਾਫ ਦੀ ਉਹ ਮੁੰਡੇ ਸੀਗੇ ਉਹਨਾਂ ਨੂੰ ਥੋੜ੍ਹਾ ਲੱਗਾ ਕਿ ਲੇਡੀ ਫੜਾ ਦੇਗੀ ਉਹਨਾਂ ਨੇ ਉਹਨੂੰ ਕਹਿਤਾ ਬੀਬੀ ਤੂੰ ਫੜਾ ਦੇ ਬੱਚਾ ਉਹਨੇ ਇਹਨਾਂ ਨੂੰ ਗਲਤ ਬੱਚਾ ਫੜਾਇਆ ਇਹਦੀ ਇਸ ਗੱਲ ਮੰਨਦੇ ਹਾਂ ਅਸੀਂ ਉਹਨੂੰ ਉੱਥੋਂ ਚੇਂਜ ਵੀ ਉਹਦੀ ਡਿਊਟੀ ਇਮੀਡੀਟਲੀ ਕਰਤੀ ਹੋਈ ਹੈ ਉਹਨੂੰ ਮੈਂ ਬੁਲਾ ਕੇ ਵੀ ਬਹੁਤ ਡਾਂਟ ਮਾਰਤੀ ਘਰੋਂ ਵਾਪਸ ਬੁਲਾਇਆ ਉਹਨੂੰ ਉਹ ਗਲਤੀ ਹੈਗੀ ਹੈ ਇਹਨੂੰ ਮੈਂ ਡਿਨਾਈ ਨਹੀਂ ਕਰਦੀ ਕਿ ਇਹ ਹੋਈ ਆ ਗਲਤੀ ਬਟ ਉਹਨਾਂ ਨੇ ਨਾ ਲਈ ਅਤੇ ਕੋਈ ਝੂਠ ਨਹੀਂ ਹੈ ਜੋ ਹੈ ਸੋ ਹੈ ਠੀਕ ਹੈ ਲੇਕਿਨ ਉਸੇ ਵੇਲੇ ਜਦੋਂ ਉਹਨਾਂ ਨੇ ਕਿਹਾ ਜੀ ਸਾਨੂੰ ਤਾਂ ਦੱਸਿਆ ਸੀ ਮੁੰਡਾ ਤਾਂ ਸਾਨੂੰ ਕੁੜੀ ਦੇ ਦਿੱਤੀ ਜਾਂ ਦੂਜੀ ਪਾਰਟੀ ਨੇ ਕਿਹਾ ਮੈਨੂੰ ਨਹੀਂ ਪਤਾ ਕਿਸੇ ਨੇ ਕਿਹਾ ਕਿ ਜੀ ਅਤੇ ਡਾਕਟਰ ਨੇ ਕਿਹਾ ਨਹੀਂ ਨਹੀਂ ਜੀ ਤੁਹਾਨੂੰ ਗਲਤ ਕੀਤਾ ਉਹਨਾਂ ਨੇ ਆ ਕੇ ਰੈਕਟੀਫਾਈ ਕਰਤਾ ਕਿ ਜੀ ਇਹਨਾਂ ਦਾ ਮੁੰਡਾ ਹੈ ਇਹਨਾਂ ਦੀ ਕੁੜੀ ਹੈ ਦੇਰ ਇਜ਼ ਨੋ ਕਨਫਿਊਜ਼ਨ ਦੇਖੋ ਮੈਡਮ ਜੇ ਤਾਂ ਪਤਾ ਲੱਗਾ ਅਸੀਂ ਜੇ ਕਿਹਾ ਵਾ ਤਾਂ ਹੀ ਸਾਨੂੰ ਮਿਲਿਆ ਜੇ ਅਸੀਂ ਨਾ ਰੋਲਾ ਪਾਉਂਦੇ ਤਾਂ ਬੱਚਾ ਗਿਆ ਸੀ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਤੁਸੀਂ ਤੁਹਾਡੇ ਕੋਲ ਤੇ ਇਨਫੋਰਮੇਸ਼ਨ ਅੰਦਰ ਤੁਹਾਡੇ ਕੋਲ ਜਿਹੜੀ ਗੱਲ ਪਹੁੰਚ ਗਈ ਆ ਪਹੁੰਚ ਗਈ ਲੇਕਿਨ ਸਾਨੂੰ ਜਿਹੜੀ ਬਾਹਰੋਂ ਪਤਾ ਲੱਗਾ ਸੀਗਾ 2 ਘੰਟੇ ਇਹਨਾਂ ਦੇ ਕੋਲ ਬੇਟੀ ਪਈ ਸਾਡੇ ਪੱਲੇ ਲੱਗਾ ਮਾਂ ਬਾਪ ਦੇ ਕੋਲ 2 ਘੰਟੇ ਬੇਟੀ ਖੇਡਦੀ ਰਹੀ ਆ ਬੱਚਾ ਆਪਣਾ ਜਿਹੜਾ ਦੂਸਰਾ ਜਿਹੜਾ ਬੇਟਾ ਸੀਗਾ ਉਹਦਾ ਗੈਬ ਹੋਣ ਦੇ ਨਾਲ ਉਹਨਾਂ ਨੂੰ ਪਿੱਛੇ ਹਟਾਉਣ ਦੇ ਨਾਲ ਬੇਟੀ 2 ਘੰਟੇ ਆਪਣੇ ਕੋਲ ਕਿਉਂ ਰਹੀ ਹੈ
ਇਹਦਾ ਰੀਜ਼ਨ ਦੱਸੋ ਤੁਹਾਡੇ ਕੋਲ ਰਹੀ ਤੁਸੀਂ ਐਪਲੀਕੇਸ਼ਨ ਜਦੋਂ ਇਨਕੁਆਇਰੀ ਮਾਂ ਬਾਪ ਦੇ ਕੋਲ 2 ਘੰਟੇ ਬੇਟੀ ਰਹੀ ਆ ਪਰ ਮਾਂ ਨੂੰ ਪਤਾ ਸੀ ਕਿ ਮੇਰਾ ਬੇਟਾ ਹੋਇਆ ਹਾਂ ਜੀ ਪਤਾ ਹੈ ਮਾਂ ਨੂੰ ਆਸ਼ਾ ਬਾਰੇ ਰੋਈ ਪਈ ਸਾਡੇ ਪਿੰਡ ਦੀ ਆਸ਼ਾ ਬਾਰੇ ਰੋਲਾ ਪਾਇਆ ਨਾ ਕਾਹ ਦੇ ਰੋਲਾ ਪਿਆ ਠੀਕ ਹੈ ਮਾਂ ਨੂੰ ਪਤਾ ਲੱਗ ਗਿਆ ਕਿ ਮੇਰਾ ਤੇ ਮੁੰਡਾ ਸੀਗਾ ਮੈਨੂੰ ਕੁੜੀ ਕਿਉਂ ਦੇ ਹਾਂ ਜੀ ਸਮਝ ਗਿਆ ਇਹ ਪੈਸੇ ਲੈ ਕੇ ਵੀ ਗਿਆ ਕਿਤਾ ਹੋ ਸਕਦਾ ਉੱਥੇ ਰੋਟੋਰੀ ਗਾਇਬ ਕੁਝ ਨਹੀਂ ਕੀਤਾ ਉਹ ਨਾ ਉਹਨੂੰ ਫੜਾ ਚ ਜੇ ਤੇ ਚੀਜ਼ਾਂ ਆਪਾਂ ਜੇ ਸਾਨੂੰ ਪਤਾ ਲੱਗਾ ਸੀ ਵਿਰੋਧ ਕਰਦਾ ਸਾਨੂੰ ਮਿਲ ਗਿਆ ਕਈ ਲੋਕ ਇਦਾਂ ਦੇ ਗਰੀਬ ਬੰਦੇ ਆਉਂਦੇ ਉਹਨਾਂ ਨੂੰ ਮਿਲਣਾ ਹੀ ਨਹੀਂ ਉਹਨਾਂ ਦਾ 3600 ਮਿਲਦਾ ਹੀ ਨਹੀਂ ਆਪਾਂ ਇਦਾਂ ਕਰੋ ਮੇਨ ਤੁਸੀਂ ਮੈਡਮ ਨੂੰ ਦੇਖੋ ਡਾਕਟਰ ਸਾਹਿਬ ਮੇਨ ਨੇ ਇਹਨਾਂ ਨੂੰ ਦਿਓ ਐਪਲੀਕੇਸ਼ਨ ਇਹ ਇਨਕੁਆਇਰੀ ਕਰਾ ਕੇ ਜਿਹਨੂੰ ਮੈਡਮ ਲੈ ਕੇ ਭੇਜਣਗੇ ਸਿਵਲ ਹਸਪੀਟਲ ਆਂਦਾ ਕੋਈ ਮਾਤਲ ਬੰਦੇ ਆਂਦਾ ਇੱਥੇ ਕੋਈ ਤਗੜਾ ਬੰਦਾ ਤਾਂ ਆਂਦਾ ਨਹੀਂ ਗਰੀਬਾਂ ਦਾ ਇੱਥੇ ਰੋਈ ਜੋ ਪੈਂਦੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਨਿਰਮਲਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਆਸ਼ਾ ਵਰਕਰ ਆ ਜੀ ਕਿੱਥੋਂ ਆਏ ਤੁਸੀਂ ਪਿੰਡ ਚੰਨਨਪੁਰ ਤੋਂ ਜੀ ਤੇ ਕੀ ਗੱਲ ਹੋਈ ਇੱਥੇ ਇੱਥੇ ਜੀ ਮੈਂ ਆਪਣੀ ਡਿਲੀਵਰੀ ਰਾਤੀ 2 ਵਜੇ ਆਈ ਹਾਂ ਇੱਥੇ ਹਸਪੀਟਲ ਦੇ ਵਿੱਚ ਲੈ ਕੇ ਇਸ ਹਸਪੀਟਲ ਦੇ ਵਿੱਚ ਜਦੋਂ ਮੈਂ ਲੈ ਕੇ ਆਈ ਹਾਂ ਤਾਂ ਰਾਤੀ ਲੇਬਰ ਦੇ ਵਿੱਚ ਸੀਗੀ ਜਿੱਦਾਂ ਕਿ ਮੇਰਾ ਪੇਸ਼ੈਂਟ ਲੇਬਰ ਦੇ ਵਿੱਚ ਸੀ ਇੱਥੋਂ ਫਿਰ ਇਹਨਾਂ ਨੇ ਉੱਪਰ ਭੇਜ ਦਿੱਤਾ ਜਿੱਦਾਂ ਕਿ ਸਿਜਰਨ ਵਾਸਤੇ ਭੇਜਿਆ ਜਿਸ ਵੇਲੇ ਉੱਥੇ ਡਿਲੀਵਰੀ ਹੋਈ ਹੈ ਨਾ ਭਾਜੀ ਉਸ ਸਮੇਂ 7:45 ਵਜੇ ਮੇਰਾ ਕੇਸ ਜਿੱਦਾਂ ਕਿ ਹੋ ਜਾਂਦਾ ਆ ਮੈਂ ਉੱਥੇ ਬੱਚਾ ਡ੍ਰੌਪ ਕਰਨ ਦੇ ਲਈ ਬਾਹਰ ਖੜੀ ਹਾਂ ਜਿੱਦਾਂ ਕਿ ਜਦੋਂ ਬਾਹਰ ਖੜੀ ਹਾਂ ਤਾਂ ਮੈਂ ਇਹਨਾਂ ਨੂੰ ਪੁੱਛਦੀ ਹਾਂ ਮੈਡਮ ਨੂੰ ਕਹਿੰਦੇ ਕਿ ਨਹੀਂ ਇਹ ਤੁਹਾਡਾ ਬੱਚਾ ਨਹੀਂ ਹੈ ਇਹ ਤਾਂ ਕਹਿੰਦੇ ਉਹਨਾਂ ਦਾ ਬੇਟਾ ਆ ਉਹਨਾਂ ਨੇ ਅੰਦਰ ਵਾੜਿਆ ਉਹਨਾਂ ਨੂੰ ਵਾੜ ਕੇ ਤਾਂ ਉਹਨਾਂ ਨੂੰ ਬੇਟਾ ਫੜਾ ਦਿੱਤਾ ਆ ਹੁਣ ਇਹ ਨਹੀਂ ਪਤਾ ਹੈਗਾ ਵੀ ਉਹਨੇ ਕਿੱਦਾਂ ਇਹ ਫੜਾਇਆ ਹੈਗਾ ਆ ਅਤੇ ਉਹਨਾਂ ਨੇ ਬੇਟਾ ਉਹਨਾਂ ਨੂੰ ਫੜਾ ਦਿੱਤਾ ਆ ਅਤੇ ਬਾਅਦ ਵਿੱਚ ਫਿਰ ਮੈਂ ਉਹਨਾਂ ਨੂੰ ਕਹਿੰਦੀ ਹਾਂ ਮੈਂ ਜਦੋਂ ਬਾਹਰ ਵਿਆਹ ਨੂੰ ਲੈ ਕੇ ਕੁੜੀ ਨੂੰ ਲੈ ਕੇ ਆਇਆ ਫਿਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬਲਜੀਤ ਬੇਟੇ ਚੰਗਾ ਚਲੋ ਮੈਂ ਹੁਣ ਚੱਲੀ ਹਾਂ ਵੀ ਮੈਂ ਰਾਤ ਦੀ ਆਈ ਹੋਈ ਹਾਂ ਅਤੇ ਮੈਂ ਕਿਹਾ ਚਲੋ ਤੂੰ ਖੁਸ਼ ਆ ਵੀ ਤੇਰੇ ਬੇਟੀ ਹੋਈ ਆ ਤੂੰ ਖੁਸ਼ ਆ ਕਹਿੰਦੀ ਹਾਂਜੀ ਮੈਂ ਨਹੀਂ ਕਹਿੰਦੀ ਮੈਂ ਖੁਸ਼ ਨਹੀਂ ਹੈਗੀ ਮੇਰੇ ਤਾਂ ਬੇਟਾ ਹੋਇਆ ਆ ਕਹਿੰਦੀ ਫਿਰ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਉਹਨਾਂ ਨੇ ਸਾਨੂੰ ਬੇਟੀ ਫੜਾਈ ਆ ਕਹਿੰਦੀ ਨਹੀਂ ਮੇਰੇ ਚਾਚੀ ਜੀ ਬੇਟਾ ਹੋਇਆ ਆ ਮੈਂ ਫਿਰ ਭਾਜੀ ਉਹ ਬੇਟੀ ਫੜੀ ਮੈਂ ਫੜ ਕੇ ਦਵਾ ਦਵਾ ਉਹਨਾਂ ਦੇ ਕੋਲ ਚੱਲੇ ਗਈ ਡਾਕਟਰਾਂ ਦੇ ਕੋਲ ਚੱਲੇ ਗਈ ਮੈਂ ਕਿਹਾ ਮੇਰਾ ਪੇਸ਼ੈਂਟ ਤਾਂ ਮੈਂ ਕਿਹਾ ਇੱਦਾਂ ਕਹਿੰਦਾ ਆ ਉਹਨਾਂ ਨੂੰ ਹੋਸ਼ ਆਈ ਆ ਪੂਰਾ ਮੇਰਾ ਪੇਸ਼ੈਂਟ ਹੋਸ਼ ਦੇ ਵਿੱਚ ਆ ਉਹ ਕਹਿੰਦੇ ਫਿਰ ਡਾਕਟਰਾਂ ਨੇ ਦੱਸਿਆ ਵੀ ਹਾਂ ਇਹਨਾਂ ਦੇ ਕਹਿੰਦਾ ਫਾਈਲ ਦੇ ਉੱਤੇ ਵੀ ਇਹ ਲਿਖਿਆ ਵੀ ਬੇਟਾ ਹੀ ਹੋਇਆ ਇਹਨਾਂ ਦੇ ਬਲਜੀਤ ਦੇ ਤੇ ਕੀ ਤੁਹਾਨੂੰ ਕਹਿਣ ਦਾ ਮਤਲਬ ਇਹ ਕਿ ਬੱਚਾ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹਾਂਜੀ ਹਾਂਜੀ ਅੱਛਾ ਬਦਲਿਆ ਹੋਇਆ ਸੀ ਸਾਡਾ ਬੱਚਾ ਉਹਨਾਂ ਦੇ ਕੋਲ ਰਿਹਾ ਤਾਂ ਉਹਨਾਂ ਦੀ ਬੇਟੀ ਸਾਡੀ ਜਿਹਨਾਂ ਨੂੰ ਬੱਚਾ ਬਣਾਏ ਉਹ ਨਹੀਂ ਸਾਨੂੰ ਬੱਚਾ ਦਿੰਦੇ ਉਹ ਵੀ ਉਹ ਹੁਣ ਕਹਿੰਦੇ ਸਰ ਅਸੀਂ ਡੀਐਨਏ ਟੈਸਟ ਕਰਾਉਣਾ ਕਹਿੰਦੇ ਇਹ ਤਾਂ ਹੋ ਹੀ ਨਹੀਂ ਸਕਦੀ ਹੈਗੀ ਕਹਿੰਦੇ ਉਹ ਕਹਿੰਦੇ ਕਿ ਇਹ ਸਾਡਾ ਹੀ ਆ ਕਹਿੰਦੇ ਵੀ ਬੇਟਾ ਸਾਡਾ ਸਾਰੀ ਸੌਤ ਸੀ ਉਹਨਾਂ ਨੂੰ ਜੇ ਪ੍ਰਸ਼ਨ ਕਰਦੇ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬੇਟੀ ਹੋਇਆ ਕਿ ਵੀ ਜਾਣੀ ਕਿ ਗੁੜੀਆ ਹੋਈ ਕਿ ਬੇਟਾ ਹੋਇਆ ਕਹਿੰਦੇ ਬੇਟਾ ਹੋਇਆ ਤੁਹਾਡੇ ਕਹਿੰਦੇ ਪਹਿਲਾਂ ਕੀ ਬੱਚਾ ਮੈਂ ਕਿਹਾ ਪਹਿਲਾਂ ਵੀ ਬੇਟਾ ਸੀ ਮੇਰੇ ਕਹਿੰਦੇ ਅੱਛਾ ਫਿਰ ਇੱਦਾਂ ਮੇਰੇ ਕੋਲ ਸੀਗਾ ਖੇਡਦਾ ਰਿਹਾ ਰੋਂਦਾ ਰਿਹਾ ਉੱਥੇ ਮੈਨੂੰ ਸਮਾਂ ਆਪ ਖੋਤਰਾ ਹੋਵੇ ਮੈਂ ਕਿਹਾ ਵੀ ਤੁਸੀਂ ਵੀ ਉਹ ਬਾਹਰ ਫੜਾਇਆ ਬਾਹਰ ਸਾਡੀ ਆਸ਼ਾ ਵਰਕਰ ਗਿਆ ਵੀ ਉਹਨੂੰ ਫੜਾਇਆ ਫਿਰ ਬੱਚਿਆਂ ਤੋਂ ਵਾਪਸ ਦੇਣ ਤੱਕ ਜੋ ਰੌਲਾ ਪਾਇਆ ਤੁਸੀਂ ਹਾਂ ਫਿਰ ਉਹਨਾਂ ਸਾਨੂੰ ਦੇ ਦਿੱਤਾ ਵਾਪਸ ਜਦੋਂ ਅਸੀਂ ਕਹਿਣ ਦਾ ਮਤਲਬ ਬੱਚਾ ਵੇਚਣ ਦੀ ਕੋਸ਼ਿਸ਼ ਕੀਤੀ ਕਿ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਹੁਣ ਵੇਚਣ ਦੀ ਕੋਸ਼ਿਸ਼ ਤਾਂ ਕੀਤੀ ਕਿੱਦਾਂ ਨਹੀਂ ਕੀਤੀ ਹੈਗੀ ਵੇਚਣ ਦੀ ਕੀਤੀ ਕਿੱਦਾਂ ਨਹੀਂ ਉਹਨਾਂ ਨੇ ਕੀ ਨਾਮ ਤੁਹਾਡਾ ਬਲਜੀਤ ਕੌਰ ਕਿੱਥੋਂ ਆਏ ਮਠਾਡੇ ਮਠਾਡਾ ਖਾਰ ਦਾ ਧਰਵਿੰਦਰ ਲਾਲ ਮੈਂ ਜੀ ਕੀ ਨਾਮ ਹੈ ਜੀ ਆਪਣਾ ਅਮਨਦੀਪ ਕੌਰ ਅੱਛਾ ਕੀ ਬਾਤ ਕਹੀ ਹੋਈ ਅੱਜ ਦੋਨੇ ਪ੍ਰੈਸ਼ਰ ਹੋਣੇ ਸੀ ਅਸੀਂ ਦੋਨਾਂ ਦੇ ਸਾਡੇ ਦੋਨਾਂ ਨੂੰ ਅੰਦਰ ਵੜ ਲਿਆ ਪਹਿਲਾਂ ਉਹਨਾਂ ਦੇ ਹੋਇਆ ਅਤੇ ਜਿਹੜੀ ਨਾ ਆਸ਼ਾ ਵਰਕ ਸੀ ਉਹਨਾਂ ਦਾ ਬੱਚਾ ਸਾਡੇ ਘਰ ਦਿਆਂ ਨੂੰ ਫੜਾ ਦਿੱਤਾ ਉਹਨਾਂ ਨੇ ਅੱਛਾ ਉਹਨਾਂ ਨੇ ਫੜਾ ਦਿੱਤਾ ਅਤੇ ਹੁਣ ਆਰੋਪ ਲਾ ਰਹੇ ਨੇ ਕਿ ਬੱਚਾ ਤੁਸੀਂ ਤੁਹਾਡੇ ਕੋਲ ਆ ਗਿਆ ਸੀ ਪਹਿਲਾਂ ਤੁਸੀਂ ਦਿੱਤਾ ਨਹੀਂ ਵਾਪਸ ਹਾਂਜੀ ਅਤੇ ਕੀ ਕਹਿਣਾ ਕੀ ਚਾਹੁੰਦੇ ਹੋ ਬੱਚਾ ਬਦਲਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਹੁਣ ਪਤਾ ਨਹੀਂ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤੁਹਾਡੀ ਕੁੜੀ ਹੋਈ ਹੈ ਹਾਂਜੀ ਦੇਤੀ ਬੇਟੀ ਸੀਗਾ ਸਾਡਾ ਬੇਟਾ ਤੇ ਜਦੋਂ ਰੌਲਾ ਪਿਆ ਉਦੋਂ ਬਾਅਦ ਜੀ ਇਹਨਾਂ ਨੇ ਸਟਾਫ ਤੋਂ ਇਕੱਠਾ ਹੋਇਆ ਇਹਨਾਂ ਨੇ ਗਲਤੀ ਮੰਨੀ ਵੀ ਸਾਡੇ ਤੋਂ ਭੁਲੇਖੇ ਨਾਲ ਦੇ ਹੋ ਗਿਆ ਅਤੇ ਮੁੜ ਕੇ ਜਦੋਂ ਮੇਰੀ ਵਾਈਫ ਨੂੰ ਹੋਸ਼ ਆਇਆ ਉਹਨੇ ਦੱਸਿਆ ਉਹ ਵੀ ਸਾਨੂੰ ਵੀ ਲੜਕਾ ਆ ਪਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਸਾਨੂੰ ਬੇਟੀ ਦੇ ਕੇ ਵਾਪਸ ਚਲੇ ਗਏ ਬੇਟੀ ਦੇ ਕੇ ਵਾਪਸ ਚਲੇ ਹਾਂਜੀ ਅਤੇ ਹੁਣ ਕੀ ਮਸਲਾ ਕੀ ਹੈ ਮਸਲਾ ਜੀ ਹੈ ਹੁਣ ਸਾਨੂੰ ਬੱਚਾ ਮਿਲ ਗਿਆ ਅਤੇ ਉਹ ਹੁਣ ਕਹਿੰਦੇ ਜੀ ਅਸੀਂ ਜੀਐਨਏ ਟੈਸਟ ਕਰਵਾਉਣੇ ਆ ਕੌਣ ਕਹਿੰਦਾ ਜਿਨ੍ਹਾਂ ਨੇ ਕੁੜੀ ਦਿੱਤੀ ਵਾ ਅਤੇ ਤੁਹਾਨੂੰ ਕੀ ਲੱਗਦਾ ਹੈ ਬੱਚਾ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਕਿੰਨੇ ਕੀਤੀ ਹੈ ਇਹ ਜੀ ਹੁਣ ਇਹਦਾ ਸਟਾਫ ਵੱਲੋਂ ਜਾਂ ਹੋ ਸਕਦਾ ਹੈ ਜਾਂ ਜਿਹੜੇ ਅੰਦਰ ਕੰਮ ਕਰਦੇ ਪਏ ਸਪਾਈ ਦਾ ਜਾਂ ਉਹ ਕਰ ਰਹੇ ਆ ਤੁਸੀਂ ਤੁਹਾਡੀ ਮੰਗ ਕੀ ਹੈ ਮੰਗ ਜੀ ਇਹਨਾਂ ਨੂੰ ਸਜ਼ਾ ਦੇਣੀ ਚਾਹੁੰਦੇ ਆ ਸਾਡੇ ਨਾਲ ਧੱਕਾ ਹੋਇਆ ਜਿਨ੍ਹਾਂ ਨੇ ਕੀਤਾ ਆ ਜਿਨ੍ਹਾਂ ਨੇ ਜੋ ਵੀ ਗਲਤ ਕੀਤੀ ਆ ਉਹਨਾਂ ਨੂੰ ਸਜ਼ਾ ਦਾ ਹੱਕਦਾਰ ਹੋਣਾ ਚਾਹੀਦਾ ਕਰਨਾ ਜੀ
ਸਾਡੇ ਨਾਲ ਵੀ ਹੋਇਆ ਹੋਰ ਕਿਸੇ ਨਾਲ ਵੀ ਹੋਇਆ ਰਲ ਕੇ ਕੰਮ ਕੀਤਾ ਆ ਸਾਡੇ ਭਾਈਆਂ ਦੇ ਨਾਲ ਬਹੁਤ ਦੇਰ ਤੋਂ ਚੱਲ ਰਹੀ ਹੈ ਚੀਜ਼ਾਂ ਬਹੁਤ ਦੇਰ ਤੋਂ ਚੱਲ ਰਹੀਆਂ ਕਾਫੀ ਦੇਰ ਤੋਂ ਚਾਹੁੰਦੇ ਅਸੀਂ ਭ੍ਰਿਸ਼ਟਾਚਾਰੀ ਖਤਮ ਕਰਨਾ ਚਾਹੁੰਦੇ ਕਿਉਂਕਿ ਇਹ ਬੱਚੇ ਗਰੀਬ ਦੇ ਨਾਲ ਹੋ ਰਿਹਾ ਇਹ ਸਿਵਲ ਹਸਪੀਟਲਾਂ ਵਿੱਚ ਡਾਕਟਰ ਬੱਚੇ ਗਰੀਬ ਬੱਚਿਆਂ ਦੇ ਬੱਚੇ ਇੱਧਰ ਉੱਧਰ ਕਰਕੇ ਲੱਖਾਂ ਰੁਪਈਆ ਕਮਾ ਰਹੇ ਆ ਇਹਨਾਂ ਦੇ ਜੋ ਕਾਰਵਾਈ ਇਹਨਾਂ ਦੇ ਕਰਨੀ ਹੋਣੀ ਚਾਹੀਦੀ ਹੈ ਕਾਫੀ ਦੇਰ ਤੋਂ ਚੱਲ ਰਿਹਾ ਵਾ ਦਲਾਲਪੁਣਾ ਜਿਹੜਾ ਇਹ ਕਰ ਰਹੇ ਆ ਔਰ ਇਸ ਦੇ ਵਿੱਚ ਡਾਕਟਰ ਖੁਦ ਮੰਨ ਵੀ ਚੁੱਕੇ ਸਰ ਕੀ ਮਾਮਲਾ ਕੀ ਹੈ ਜੀ ਮਾਮਲਾ ਮੈਂ ਤੁਹਾਨੂੰ ਹੁਣੇ ਦੱਸਿਆ ਜਿਸ ਤਰ੍ਹਾਂ ਇੱਕ ਕਲਾਸ 4 ਨੇ ਇੱਕ ਬੱਚਾ ਜਿਹੜਾ ਸੀਗਾ ਉਹ ਕਿਸੇ ਦੂਸਰੇ ਬੱਚੇ ਨੂੰ ਦਿੱਤਾ ਹੈ ਜਦਕਿ ਉਹਨੂੰ ਪਤਾ ਲੱਗਣ 'ਤੇ ਉਹਨੇ ਰੈਕਟੀਫਾਈ ਕਰਕੇ ਅਤੇ ਦੁਬਾਰਾ ਚੇਂਜ ਕਰਤਾ ਹੈ ਇਹਦੀ ਇਨਕੁਆਇਰੀ ਮੈਂ ਡਾਕਟਰ ਸੰਗੀਤਾ ਅਤੇ ਡਾਕਟਰ ਚਰਨਜੀਵ ਨੂੰ ਸੌਂਪ ਦਿੱਤੀ ਹੈ ਉਹ ਇਨਕੁਆਇਰੀ ਕਰ ਰਹੇ ਹਨ ਅਤੇ ਜਦੋਂ ਵੀ ਹੋਰ ਮਾਮਲਾ ਇਹ ਕਲੀਅਰ ਹੋਏਗਾ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ ਭਾਵੇਂ ਉਹ ਡਾਕਟਰ ਹੀ ਕਿਉਂ ਨਾ ਹੋਵੇ ਸਰ ਇਹ ਕਿਹਾ ਜਾ ਰਿਹਾ ਕਿ ਲਾਪਰਵਾਹੀ ਵਰਤੀ ਗਈ ਅਤੇ ਬੱਚਾ ਵੇਚਣ ਦੀ ਫਿਰ ਕੋਸ਼ਿਸ਼ ਕੀਤੀ ਗਈ ਬਦਲਣ ਦੀ ਕੋਸ਼ਿਸ਼ ਕੀਤੀ ਗਈ ਹੈ ਤੁਹਾਡਾ ਕੀ ਕਹਿਣਾ ਇਸ ਬਾਰੇ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੇਗਾ ਵਾਕਈ ਇਸ ਕੋਈ ਸੱਚਾਈ ਹੈ ਜਾਂ ਨਹੀਂ ਕੀ ਮਾਮਲਾ ਕੀ ਹੈ ਇਹ ਇੱਕ ਪੇਸ਼ੈਂਟ ਇੱਥੇ ਐਡਮਿਟ ਸੀ ਬਲਜੀਤ ਕੌਰ ਮਠੱਡੇ ਤੋਂ ਅਤੇ ਉਹਨਾਂ ਦੇ ਅੱਜ ਸਵੇਰੇ ਬੇਟਾ ਹੋਇਆ ਅਤੇ ਉਹ ਜਿਹੜਾ ਸਟਾਫ ਸੀਗਾ ਉਹਨਾਂ ਨੇ ਜਿਹੜਾ ਡਾਕਟਰ ਨੇ ਉਹਨਾਂ ਨੂੰ ਕਿਹਾ ਤੁਹਾਡੇ ਬੇਟਾ ਹੋ ਗਿਆ ਅਤੇ ਉਹ ਜਦੋਂ ਸ਼ਿਫਟ ਕੀਤਾ ਉਹਨਾਂ ਨੂੰ ਅਤੇ ਜਿਹੜੀ ਇਹਨਾਂ ਦੀ ਇੱਕ ਹੁੰਦੇ ਆ ਹੈਲਪਰ ਉਹਨਾਂ ਨੇ ਜਿਹੜਾ ਬੱਚਾ ਇਹ ਦੂਸਰੇ ਕਿਸੇ ਦੇ ਹੋਰ ਲੇਡੀ ਦੇ ਲੜਕਾ ਹੋਇਆ ਸੀ ਬੇਟੀ ਹੋਈ ਸੀ ਉਹ ਉਹਨਾਂ ਨੇ ਬੇਟੀ ਉਹਨਾਂ ਨੂੰ ਦੇ ਦਿੱਤੀ ਉਹ ਜਦੋਂ ਉਹਨਾਂ ਨੇ ਚੈੱਕ ਕੀਤਾ ਵੀ ਸਾਡੇ ਤਾਂ ਬੇਟਾ ਹੋਇਆ ਸੀ ਸਾਨੂੰ ਪਹਿਲਾਂ ਦੱਸਿਆ ਸੀਗਾ ਅਤੇ ਹੁਣ ਤੁਸੀਂ ਸਾਨੂੰ ਬੇਟੀ ਦੇ ਦਿੱਤੀ ਹੈ ਉਹਦਾ ਕਨਫਿਊਜ਼ਨ ਹੋ ਗਈ ਉਹਦੇ ਵਿੱਚ ਜਿਹੜੀ SMO ਸਾਹਿਬ ਆਏ ਸੀਗੇ ਮੈਡਮ ਸੁਨੀਤਾ ਇਹ ਇਹਨਾਂ ਨੂੰ ਐਪਲੀਕੇਸ਼ਨ ਦਿੱਤੀ ਹੈ ਦੇ ਰਹੇ ਆ ਅਤੇ ਅਗਲੀ ਜੋ ਬਣਦੀ ਕਾਰਵਾਈ ਕਰ ਬਣਦੀ ਕਾਰਵਾਈ ਇਹਨਾਂ ਦਾ ਡਿਪਾਰਟਮੈਂਟਲ ਇਲੈਕਸ਼ਨ ਆ ਪਹਿਲਾਂ ਤਾਂ ਜੀ ਫਸਟ ਆਫ ਆਲ ਤਾਂ MS ਨੂੰ ਐਪਲੀਕੇਸ਼ਨ ਦੇਣ ਡਿਪਾਰਟਮੈਂਟਲ ਇਲੈਕਸ਼ਨ ਜੋ ਵੀ ਇਹਨਾਂ ਦਾ ਬਣਦਾ ਡਾਕਟਰ 'ਤੇ ਉਹ ਇਹਨਾਂ ਨੇ ਡਿਪਾਰਟਮੈਂਟ ਇਹਨਾਂ ਦਾ ਲਏਗਾ ਹੈਲਥ ਵਾਲਿਆਂ ਦਾ ਐਕਸ਼ਨ ਲਿਆ ਜਾਏਗਾ ਐਕਸ਼ਨ ਲਿਆ ਜਾਏਗਾ ਬਾਕੀ ਅਸੀਂ ਆਪਣੀ ਇਨਕੁਆਇਰੀ ਕਰ ਰਹੇ ਹਾਂ ਅਤੇ ਸਰ ਇਹਨਾਂ ਦਾ ਆਰੋਪ ਹੈ ਕਿ ਬੱਚਾ ਬਦਲਿਆ ਗਿਆ ਹਾਂਜੀ ਨਹੀਂ ਉਹ ਬੱਚਾ ਵਾਪਸ ਆ ਗਿਆ ਇਹਨਾਂ ਕੋਲ ਮਿਲ ਗਿਆ ਪਰ ਉਹ ਕਹਿੰਦੇ ਅਗਰ ਨਾ ਦੇਖਦੇ ਤਾਂ ਬੱਚਾ ਵਾਪਸ ਨਹੀਂ ਆਉਂਦਾ ਤੇ ਉਹ ਤਾਂ ਹੈ ਹੀ ਹੈ ਜੇ ਨਾ ਪਤਾ ਲੱਗਦਾ ਪਰ ਉਹਨਾਂ ਨੂੰ ਪਤਾ ਸੀ ਨਾ ਪਹਿਲਾਂ ਹੀ ਵੀ ਲੇਡੀ ਨੂੰ ਪਤਾ ਸੀ ਜਦੋਂ ਬੱਚਾ ਹੋਇਆ ਤਾਂ ਲੇਡੀ ਨੂੰ ਦੱਸਦਾ ਵੀ ਤੇਰੇ ਬੇਟਾ ਹੋਇਆ ਇਸੇ ਕਰਕੇ ਸਰ ਬੱਚਾ ਵਾਪਸ ਬੱਚੇ ਦੇ ਫੁੱਟਪ੍ਰਿੰਟ ਲਏ ਆ ਉਹਨਾਂ ਦੀ ਫਾਈਲ ਦੇ ਉੱਤੇ ਉਸੇ ਸੇਮ ਬੱਚੇ ਦੇ ਜਿਹਦੇ ਹੋਇਆ ਤੇ ਸਕੈਂਡਲ ਹੋ ਸਕਦਾ ਸਰ ਬੱਚਾ ਬਦਲਣ ਦਾ ਨਹੀਂ ਉਹਦੇ ਵੈਰੀਫਾਈ ਕਰਾਂਗੇ ਜੀ ਅਜੇ ਇਹਦੇ ਬਾਰੇ ਵੈਰੀਫਾਈ ਕਰਾਂਗੇ